ਵਿੱਚ ਤੁਹਾਡਾ ਸਵਾਗਤ ਹੈ। ਹੁਣ ਹਰ ਖਬਰ ਤੁਹਾਡੇ ਤੱਕ। ਅੱਜ ਬਰਨਾਲਾ ਵਿੱਚ ਭਾਈ ਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰ ਬਰਨਾਲਾ ਵੱਲੋਂ ਲੋੜਵੰਦ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਰਾਸ਼ਨ ਅਤੇ ਮਠਿਆਈਆਂ ਵੰਡੀਆਂ ਗਈਆਂ। ਮੈਂ ਪਰਮਜੀਤ ਸਿੰਘ ਪੰਮਾ ਬਰਨਾਲੇ ਤੋਂ ਜੀ। ਇਹ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ, ਕਿੰਨੇ ਟਾਈਮ ਤੋਂ ਕਰ ਰਹੇ ਹੋ ਸੇਵਾ? ਇਹ ਸਾਨੂੰ 5-6 ਸਾਲ ਹੋ ਗਏ ਜੀ, ਭਾਈ ਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਬਰਨਾਲੇ ਤੋਂ ਜੀ, ਜਿਸ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਜੀ। ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰੀਬ ਲੜਕੀਆਂ ਦੇ ਵਿਆਹ, ਜਿਹੜਾ ਕੋਈ ਗਰੀਬ ਲੋੜਵੰਦ ਪਰਿਵਾਰ ਆਪਣਾ ਇਲਾਜ ਨਹੀਂ ਕਰਵਾ ਸਕਦਾ, ਸੁਸਾਇਟੀ ਵੱਲੋਂ ਉਹਦਾ ਇਲਾਜ ਕਰਵਾਇਆ ਜਾਂਦਾ ਜੀ। ਪਰ ਅੱਜ ਬੰਦੀ ਛੋੜ ਦਿਵਸ, ਦਿਵਾਲੀ ਦੇ ਤਿਉਹਾਰ 'ਤੇ, ਜੋ ਕਿ ਦਿਵਾਲੀ ਵਾਲੇ ਦਿਨ ਆਪਣੇ ਘਰ ਨਹੀਂ ਜਾ ਸਕਦੇ ਮਰੀਜ਼, ਉਹਨਾਂ ਨੂੰ ਆਪਾਂ ਹੋਸਪਿਟਲ ਦੇ ਵਿੱਚ ਫਲ ਫਲੂਟ ਦੇ ਰਹੇ ਹਾਂ ਜੀ। ਬਾਕੀ ਜੋ ਝੁੱਗੀਆਂ ਝੋਪੜੀਆਂ 'ਚ ਰਹਿੰਦੇ ਆ, ਉਹਨਾਂ ਲਈ ਮਿਠਾਈਆਂ ਦੇ ਰਹੇ ਹਾਂ ਜੀ। ਬਾਕੀ ਦਾਨੀ ਵੀਰਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਜੀ, ਮਿਠਿਆਈਆਂ, ਮੋਮਬੱਤੀਆਂ ਵਗੈਰਾ ਅਤੇ ਮਿਠਾਈ ਦੇ ਡੱਬੇ ਜੀ, ਫਰੂਟ ਦਿੱਤਾ ਜਾਂਦਾ ਜੀ। ਇਹ ਸਾਰਾ ਕਾਰਜ ਦਾਨੀ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਜੀ। ਧੰਨਵਾਦ।